ਬੀਅਰ ਦੀ ਬੋਤਲ 'ਚ ਨਿਕਲੀ ਛਿਪਕਲੀ ਬੀਅਰ ਦੀ ਬੋਤਲ ਲੈਣ ਤੋਂ ਪਹਿਲਾਂ ਦੇਖ ਲਓ ਆ ਖਬਰ ਮੁੜ ਕੇ ਕਦੀ ਨਹੀਂ ਲਾਉਗੇ ਮੂੰਹ ਦੇਖ ਕੇ ਗਾਹਕ ਦੇ ਉੱਡੇ ਹੋਸ਼ ਵੀਡੀਓ ਹੋਇਆ ਤੇਜ਼ੀ ਦੇ ਨਾਲ ਵਾਇਰਲ ਜੀ ਹਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੈਰਾਨ ਕਰ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਜਿਸ ਤੋਂ ਬਾਅਦ ਬੀਅਰ ਪੀਣ ਵਾਲਿਆਂ ਨੂੰ ਵੱਡਾ ੱਤਕਾ ਲੱਗ ਸਕਦਾ ਹੈ ਦਰਸਲ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਬੀਅਰ ਦੀ ਬੋਤਲ ਦੇ ਵਿੱਚ ਚਿਪਕਲੀ ਨਜ਼ਰ ਆ ਰਹੀ ਹੈ ਲੋਕ ਕਾਫੀ ਗੁੱਸਾ ਜ਼ਾਹਿਰ ਕਰ ਰਹੇ ਨੇ ਇਸ ਵੀਡੀਓ ਨੂੰ ਦੇਖ ਕੇ ਦਰਸਾਲੇ ਵੀਡੀਓ ਇਹ ਵਾਇਰਲ ਵੀਡੀਓ ਤੇਲੰਗਾਨਾ ਦਾ ਦੱਸਿਆ ਜਾ ਰਿਹਾ ਜਿੱਥੇ ਕਿ ਇੱਕ ਵਿਅਕਤੀ ਨੇ ਸਥਾਨਕ ਦੁਕਾਨ ਤੋਂ ਬੀਅਰ ਦੀ ਬੋਤਲ ਖਰੀਦੀ ਸੀ ਜਿਸ ਦੇ ਵਿੱਚ ਉਸ ਨੂੰ ਤੈੜ ਦੀ ਕੀਰਨੀ ਮਿਲੀ ਇਹ ਦੇਖ ਕੇ ਉਸ ਵਿਅਕਤੀ ਦੇ ਰੋਂਗਟੇ ਖੜੇ ਹੋ ਕੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਉਸ ਦੇ ਹੋਸ਼ ਉਰ ਜਾਂਦੇ ਨੇ ਇਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਜਦੋਂ ਗ੍ਰਾਹਕ ਨੂੰ ਇਸ ਤਰ੍ਹਾਂ ਦੇ ਅਨੁਭਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜੇਹਾ ਪਹਿਲਾਂ ਵੀ ਹੋ ਚੁੱਕਿਆ ਹੈ ਅਤੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਗੁੱਸਾ ਵੀ ਦੇਖਣ ਨੂੰ ਮਿਲਿਆ ਸੀ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਹైదరాబాద్ ਦੇ ਇੱਕ ਸਥਾਨਕ ਰੈਸਟੋਰੈਂਟ ਦੇ ਵਿੱਚ ਆਰਡਰ ਕੀਤੀ ਗਈ ਬਿਰਿਆਨੀ ਦੇ ਵਿੱਚ ਇੱਕ ਮਰੀ ਹੋਈ ਛਿਪਕਲੀ ਮਿਲੀ ਸੀ ਤੇ ਬਿਰਿਆਨੀ ਆਨਲਾਈਨ ਆਰਡਰ ਕੀਤੀ ਗਈ ਸੀ ਤਕ ਕੁਝ ਦਿਨ ਪਹਿਲਾਂ ਹੀ ਬੀਅਰ ਦੇ ਡੱਬੇ ਦੇ ਵਿੱਚੋਂ ਇੱਕ ਮਰਿਆ ਹੋਇਆ ਕਾਕਰੋਚ ਮਿਲਿਆ ਸੀਗਾ ਇਸ ਤੋਂ ਪਹਿਲਾਂ ਬੀਅਰ ਦੀ ਬੋਤਲ 'ਚੋਂ ਚਿਪਕਲੇ ਮਿਲਣ ਦਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਸੀਗਾ ਜਿੱਥੇ ਕਿ ਗ੍ਰਾਹਕ ਨੇ ਇੱਕ ਨਾਮੀ ਕੰਪਨੀ ਦੀ ਬੀਅਰ ਖਰੀਦੀ ਸੀ ਬੋਤਲ ਖੋਲਣ ਤੋਂ ਬਾਅਦ ਉਸ ਨੂੰ ਅਜੀਬ ਜਿਹੀ ਬਦਬੂ ਆ ਰਹੀ ਸੀ ਜਦੋਂ ਉਸ ਨੇ ਡਿਸਪੋਜ਼ਲ ਗਲਾਸ ਦੇ ਵਿੱਚ ਬੀਅਰ ਪਾਈ ਤਾਂ ਉਹ ਹੈਰਾਨ ਹੋ ਗਿਆ ਇਸ ਦੇ ਵਿੱਚ ਇੱਕ ਮਰੀ ਹੋਈ ਕੀਰਲੀ ਸੀ ਜਿਸ ਨੂੰ ਦੇਖ ਕੇ ਉਸ ਦੇ ਖੋਸ਼ ਉੱਡ ਜਾਂਦੇ ਨੇ ਇਸ ਤੋਂ ਬਾਅਦ ਉਹ ਦੁਕਾਨਦਾਰਾ ਦੇ ਨਾਲ ਬਹਿਸ ਹੋ ਗਈ ਹੈ ਤੇ ਉੱਥੇ ਹੀ ਆਨਲਾਈਨ ਫੂਡ ਡਿਲੀਵਰੀ ਐਪ ਸਵਿਗੀ ਨੇ ਬੁੱਧਵਾਰ ਨੂੰ ਆਪਣੇ ਪਲੇਟਫਾਰਮ ਦੇ ਉੱਤੇ ਰੈਸਟੋਰੈਂਟ ਭਾਈ ਵਾਲਾ ਵਿਚਕਾਰ ਸਫਾਈ ਅਤੇ ਭੋਜਨ ਦੀ ਗੁਣਵੱਤਾ ਦੇ ਮਿਆਰਾਂ ਨੂੰ ਵਧਾਉਣ ਦੇ ਲਈ ਸਵਿਗੀ ਸੇਲ ਪਹਿਲ ਸ਼ੁਰੂ ਕੀਤੀ ਹੈ ਵਰਤਮਾਨ ਦੇ ਵਿੱਚ ਇਹ ਪੂਨੇ ਮਹਾਰਾਸ਼ਟਰ ਦੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਨਵੰਬਰ ਤੱਕ ਇਸ ਨੂੰ ਭਾਰਤ ਦੇ 650 ਤੋਂ ਵੱਧ ਸ਼ਹਿਰਾਂ ਦੇ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ ਤਾਂ ਸਵਿਗੀ ਖੁਦ ਸਮੀਖਿਆ ਕਰੇਗੀ ਇਸ ਦਾ ਸਵਿਗੀ ਨੇ 2 ਹਫ਼ਤੇ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ ਸੀ ਰੈਸਟੋਰੈਂਟ ਦੇ ਭਾਈਵਾਲਾਂ ਨੇ ਵੀ ਇਸ ਸੰਬੰਧੀ ਦਿਲਚਸਪੀ ਦਿਖਾਈ ਹੈ ਸਫਾਈ ਆਡਿਟ ਅਤੇ ਸੈਂਕੜੇ ਬੇਨਤੀਆਂ ਪਹਿਲਾਂ ਹੀ ਪ੍ਰਾਪਤ ਹੋ ਚੁੱਕੀਆਂ ਨੇ ਇਸ ਦੇ ਤਹਿਤ ਜੇਕਰ ਕਿਸੇ ਹੋਰ ਰੈਸਟੋਰੈਂਟ ਤੋਂ ਕੋਈ ਚਿੰਤਾ ਪੈਦਾ ਹੁੰਦੀ ਹੈ ਤਾਂ ਸਵਿਗੀ ਫੀਡਬੈਕ ਦੀ ਚੰਗੀ ਤਰ੍ਹਾਂ ਸਮੀਖਿਆ ਕਰੇਗੀ ਤਾਂ ਹੁਣ ਦਰਅਸਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ ਪਰ ਮੁੱਦਾ ਇੱਥੇ ਖੜਾ ਹੁੰਦਾ ਹੈ ਵੀ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਨੇ ਕਦੇ ਮਰੀ ਹੋਈ ਚਿਪਕਲੀ ਤਾਂ ਕਦੇ ਕੋਕਰੋਚ ਅਜਿਹੀ ਲਾਪਰਵਾਹੀ ਕਿਉਂ ਹੋ ਜਾਂਦੀ ਹੈ ਸਵਾਲ ਵੱਡਾ ਖੜਾ ਹੁੰਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਹ ਹਲਚਲ ਪੈਦਾ ਕਰ ਦਿੰਦਾ ਹੈ ਕਿ ਜਿਹੜੀ ਚੀਜ਼ ਉਹ ਖਾਂਦੇ ਜਾਂ ਫਿਰ ਪੀਂਦੇ ਨੇ ਉਸ ਦੇ ਵਿੱਚ ਵੀ ਅਜਿਹੀਆਂ ਚੀਜ਼ਾਂ ਨਿਕਲਦੀਆਂ ਨੇ ਜਿਸ ਤੋਂ ਬਾਅਦ ਉਨ੍ਹਾਂ ਦਾ ਬਜ਼ਾਰਾਂ ਦੇ ਵਿੱਚ ਜਿਹੜੀ ਕਿ ਚੀਜ਼ਾਂ ਮਿਲਦੀਆਂ ਨੇ ਉਸਤੇ ਵੀ ਵਿਸ਼ਵਾਸ ਉੱਠ ਜਾਂਦਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਵੀ ਹੋ ਰਹੀ ਹੈ ਲੋਕਾਂ ਦੇ ਵੱਲੋਂ ਖੂਬ ਕਮੈਂਟ ਵੀ ਕੀਤੇ ਜਾ ਰਹੇ ਨੇ ਗੁੱਸਾ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਇਸ ਵੀਡੀਓ ਦੇਖ ਕੇ ਕੀ ਕੁਝ ਕਰਨਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦੱਸੋ